ਆਪਣੇ ਮਾਂ ਪਿਓ ਦੀ ਮਰਜ਼ੀ ਦੇ ਖਿਲਾਫ ਜਾ ਕੇ ਵਿਆਹ ਕਰਾਉਣਾ ਪੂਜਾ ਨੂੰ ਮਹਿੰਗਾ ਪੈ ਗਿਆ। ਜੀ ਹਾਂ, ਬਟਾਲਾ ਦੀ ਪੂਜਾ ਨੇ 4 ਸਾਲ ਪਹਿਲਾਂ ਆਪਣੇ ਪਰਿਵਾਰ ਵਾਲਿਆਂ ਦੇ ਸਮਝਾਉਣ ਦੇ ਬਾਵਜੂਦ ਸਰਵਣ ਸਿੰਘ ਨਾਂ ਦੇ ਨੌਜਵਾਨ ਦੇ ਨਾਲ ਲਵ ਮੈਰਿਜ ਕਰਵਾਈ ਸੀ ਤੇ ਵਿਆਹ ਦੇ ਕੁਝ ਹੀ ਸਮੇਂ ਬਾਅਦ ਪੂਜਾ ਦੀ ਅੱਖਾਂ ਤੋਂ ਪਿਆਰ ਦਾ ਭੂਤ ਉਤਰ ਗਿਆ ਜਦ ਉਸਨੂੰ ਇਹ ਪਤਾ ਲੱਗਾ ਕਿ ਸਰਵਣ ਨਸ਼ੇੜੀ ਹੈ ਤੇ ਇਸਦਾ ਇੱਕ ਵਿਆਹ ਤਾਂ ਪਹਿਲਾਂ ਵੀ ਹੋ ਚੁੱਕਾ ਹੈ। ਪੂਜਾ ਨੂੰ ਜਦ ਇਹ ਸਮਝ ਆਈ ਕਿ ਸਰਵਣ ਨੇ ਉਸਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ, ਪਰ ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ। ਪੂਜਾ ਤੇ ਸਰਵਣ ਦਰਮਿਆਨ ਕਲੇਸ਼ ਵਧਣਾ ਸ਼ੁਰੂ ਹੋ ਗਿਆ ਤੇ ਇਸ ਕਲੇਸ਼ ਨੂੰ ਖਤਮ ਕਰਨ ਲਈ ਸਰਵਣ ਨੇ ਪੂਜਾ ਨੂੰ ਨਸ਼ੇ ਦੀ ਚਾਟ ਤੇ ਲਗਾ ਦਿੱਤਾ। ਨਸ਼ੇ ਦੀ ਆਦੀ ਪੂਜਾ ਦਾ ਇਹ ਹਾਲ ਹੋ ਗਿਆ ਕਿ ਬਿਨਾਂ ਨਸ਼ਾ ਕੀਤੇ ਉਹ ਸੌਂ ਵੀ ਨਹੀਂ ਸੀ ਸਕਦੀ। ਪੂਜਾ ਦੇ ਪਰਿਵਾਰ ਨੂੰ ਜਦ ਇਹ ਸਭ ਦਾ ਪਤਾ ਲੱਗਾ ਤਾਂ ਉਹ ਪੂਜਾ ਨੂੰ ਆਪਣੇ ਘਰ ਲੈ ਆਏ, ਪਰ ਮੁੜ ਸਰਵਣ ਪੂਜਾ ਨੂੰ ਵਰਗਲਾ ਕੇ ਆਪਣੇ ਘਰ ਲੈ ਗਿਆ ਤੇ ਜਿੱਥੇ ਬੀਤੇ ਦਿਨੀ ਉਸਨੇ ਪੂਜਾ ਨੂੰ ਨਸ਼ੇ ਦੇ ਜ਼ਿਆਦਾ ਡੋਸ ਦੇ ਕੇ ਉਸਦਾ ਕਤਲ ਕਰ ਦਿੱਤਾ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਜਾਂਚ ਆਰੰਭ ਦਿੱਤੀ ਹੈ। ਬੇਟੀ ਦਾ ਆਪਣਾ ਇਹ ਬੀਤੀ ਆ ਵੀ ਇਹਨੇ ਵਿਆਹ ਕਰ ਲਿਆ ਬੇਟੀ ਨਾਲ, ਇਹਦਾ ਪਹਿਲਾਂ ਵੀ ਮਤਲਬ ਵੀ ਵਿਆਹ ਹੋਇਆ ਸੀ, ਪਰ ਕੁੜੀ ਨੂੰ ਨਹੀਂ ਪਤਾ ਵੀ ਇਹਦਾ ਵਿਆਹ ਹੋਇਆ ਵਾ। ਅਤੇ ਇਹਨੇ ਜਦੋਂ ਕੁੜੀ ਨੂੰ ਪਤਾ ਲੱਗ ਗਿਆ ਵੀ ਇਹਦਾ ਵਿਆਹ ਹੋਇਆ ਵਾ, ਤਾਂ ਉਹ ਕੁੜੀ ਨੂੰ ਇਹਨੇ ਉਹਨੂੰ ਕਿਹਾ ਵੀ ਤੂੰ ਤਾਂ ਵਿਆਹ ਪਹਿਲਾਂ ਕਰਾਇਆ ਸੀ, ਤੂੰ ਆਂਦਾ ਮੇਰਾ ਵਿਆਹ ਨਹੀਂ ਹੋਇਆ। ਅਤੇ ਉਹਨੇ ਕੁੜੀ ਨੇ ਮੁੜ ਕੇ ਸਾਨੂੰ ਤਲਾਕ ਕੀਤੀ, ਇੱਕ ਦੋੜੀ ਰਾਤ ਫੋਨ ਕੀਤਾ ਅਤੇ ਅਸੀਂ ਉਹਦਾ ਫੋਨ ਸੁਣਿਆ ਅਤੇ ਅੱਛਾ ਕੀ ਗੱਲ ਆ, ਕਹਿੰਦੇ ਇੱਦਾਂ ਇੱਦਾਂ ਉਹਦਾ ਵਿਆਹ ਅਤੇ ਮੈਨੂੰ ਤੰਗ ਬੜਾ ਕਰਦਾ, ਮਾਰਦਾ ਕੁੜਦਾ ਬੜਾ ਵਾ। ਅਤੇ ਅਸੀਂ ਉਹਦੀ ਗੱਲਬਾਤ ਸੁਣੀ ਅਤੇ ਉਹਨੂੰ ਅਸੀਂ ਉਹਨੇ ਕਹਿੰਦੀ ਮੈਂ ਫਲਾਣੇ ਥਾਂ 'ਤੇ ਆਉਣ ਲੱਗੀ ਹਾਂ ਅਤੇ ਮੈਨੂੰ ਲੈ ਜਾਓ, ਆਪਾਂ ਨੂੰ ਲਿਆਂਦਾ ਘਰ, ਅਸੀਂ ਘਰ ਲਿਆਂਦਾ ਉਹਨੂੰ ਅਤੇ ਘਰ ਲਿਆ ਕੇ ਨਾ ਅਤੇ 2 ਕੁ ਦਿਨ ਸਾਡੇ ਕੋਲ ਰਹੀ ਆ ਅਤੇ ਮੁੜ ਕੇ ਆਪਾਂ ਚਰਚ ਚਲ ਗਏ। ਚਰਚ ਕਦਾਪੁਰ ਗਏ ਹਾਂ, ਉੱਥੇ ਜਾ ਕੇ ਉਹਨੇ ਗੁੰਡਾਗਰਦੀ ਕੀਤੀ, 10-15 ਮੁੰਡੇ ਲੈ ਕੇ ਨਾਲ ਅਤੇ ਆਪਣੇ ਰਫਲ ਵਗੈਰਾ ਲੈ ਕੇ ਅਤੇ ਉਹਨੂੰ ਕੁੜੀ ਨੂੰ ਬਦੋ-ਬਦੀ ਲੈ ਗਿਆ। ਫਿਰ ਸਾਨੂੰ ਹੁਣ ਹੀ ਪਤਾ ਲੱਗਾ 2.5 ਸਾਲਾਂ ਬਾਅਦ, ਉਹ ਵੀ ਜਦੋਂ ਕੁੜੀ ਨੇ ਦੱਸਿਆ ਵੀ ਇਹਦਾ ਵਿਆਹ ਹੋਇਆ ਪਹਿਲਾਂ, ਕੁੜੀ ਨੇ ਲਵ ਮੈਰਿਜ ਕਰਾਈ ਉਹਦੇ ਨਾਲ। ਉਹ ਉੱਦਾਂ ਕਰਦੇ ਨਸ਼ੇ ਬੜੇ ਕਰਦਾ ਜੀ, ਗੁੰਡਾਗਰਦੀ ਕਰਦਾ, ਸਮੈਕਾਂ ਵੇਚਣੀਆਂ, ਮਾੜੀਆਂ ਟੋਲੀਆਂ 'ਚ ਬਹਿਣਾ, ਹਾਂਜੀ ਆਪ ਵੀ ਕਰਦਾ ਅਤੇ ਨਾਲ ਕੁੜੀ ਨੂੰ ਨਸ਼ੇ 'ਤੇ ਲਾਤਾ ਸੀ। ਕੁੜੀ 2 ਦਿਨ ਸਾਡੇ ਕੋਲ ਰਹੀ ਆ ਪਰ ਸੁੱਤੀ ਨਹੀਂ ਹੈਗੀ, ਉਹ ਵੀ ਨਸ਼ੇ ਕਰਨ, ਉਹਨੂੰ ਵੀ ਨਸ਼ਾ 'ਤੇ ਲਾਤਾ ਸੀ ਇਹਨੇ, ਉਹਨੂੰ ਨਸ਼ੇ ਲਾਉਂਦਾ ਸੀ, ਉਹਨੂੰ ਨੀਂਦ ਹੀ ਨਹੀਂ ਆਈ ਸਾਡੇ ਕੋਲ 2 ਦਿਨ ਰਹੀ ਹੈ। ਅਤੇ ਮੌਤ ਦੀ ਕਾਰਨ ਇਹੋ ਹੀ ਆ ਜੀ, ਨਸ਼ੇ ਨਾਲ ਇਹਨੇ ਨਸ਼ਾ ਨੂੰ ਫੁੱਲ ਕਰਾਤਾ ਵਾ, ਉਹਦੀ ਮੌਤ ਹੋ ਗਈ ਆ। ਹੁਣ ਕੋਈ ਬਸ ਇਨਸਾਫ ਮਿਲਣਾ ਚਾਹੀਦਾ ਸਾਨੂੰ ਜੀ, ਇਨਸਾਫ ਚਾਹੀਦਾ, ਗਾੜੀ ਹੋਰ ਕੇ ਦਿੱਤੀ ਭਿਆਨਾ ਇੱਦਾਂ ਨਾ ਹੋਏ। ਮੁੰਡੇ ਦਾ ਨਾਂ ਹੈਗਾ ਸਰਵਣ, ਉਰਫ ਸਮਾਜ ਨੂੰ ਕਹਿੰਦੇ ਪਿੰਡ ਵਿੱਚ, ਪਿੰਡ ਇਹਦਾ ਹੈਗਾ ਵਾ ਕਲੇਰ। ਸਾਡੇ ਕੋਲ ਡੈਨੀਅਲ ਆਇਆ ਸੀ ਜਿਹੜਾ ਪੂਜਾ ਲੜਕੀ ਦਾ ਫਾਦਰ ਸੀ, ਉਹਨੇ ਦੱਸਿਆ ਵੀ ਉਹਦੀ ਕੁੜੀ ਦਾ ਮਰਡਰ ਹੋ ਗਿਆ ਵਾ ਉਹਦੇ ਘਰ ਵਾਲੇ ਨੇ ਕਰਤਾ। ਉਹਦੇ ਸੰਬੰਧ 'ਚ ਅਸੀਂ FIR ਨੰਬਰ 115 ਦਰਜ ਕੀਤੀ ਆ ਅੰਡਰ ਸੈਕਸ਼ਨ 302, FIR ਕਰਕੇ ਅਤੇ ਪੋਸਟਮਾਰਟਮ ਕਰਵਾ ਲਿਆ ਵਾ, ਬਾਕੀ ਪੋਸਟਮਾਰਟਮ ਰਿਪੋਰਟ ਆਊਗੀ ਅਤੇ ਅਗਲੀ ਕਾਰਵਾਈ ਤਫਤੀਸ਼ 'ਚ ਲਿਆਵਾਂਗੇ। ਲੜਕੇ ਦਾ ਪਹਿਲਾਂ ਵੀ ਮੈਰਿਜ ਸੀ, ਇਹ ਲਵ ਮੈਰਿਜ ਆ, 2-2.5 ਸਾਲ ਹੋ ਗਏ ਸੀ ਵਿਆਹ ਦਾ। ਉਹਦੇ ਬਾਰੇ ਹਾਲੇ ਸਾਨੂੰ ਕੋਈ ਪਤਾ ਨਹੀਂ ਵੀ ਤਲਾਕ ਹੋਇਆ ਜਾਂ ਨਹੀਂ ਹੋਇਆ, ਪਰ ਇਹਦਾ ਸੈਕਿੰਡ ਮੈਰਿਜ ਜਿਹੜਾ ਉਹਨਾਂ ਸਾਨੂੰ ਉੱਪਰ ਦੱਸਿਆ ਵੀ ਉਹਨਾਂ ਕਿਹਾ ਵੀ ਇਹਨਾਂ ਜ਼ਬਰਦਸਤ ਟੀਕਾ ਲਾਇਆ ਜਿਹਦੇ ਕਾਰਨ ਲੜਕੀ ਦਾ ਮੌਤ ਹੋਈ ਹੈ। ਇਹਦੇ ਪੋਸਟਮਾਰਟਮ ਰਿਪੋਰਟ ਆਊਗੀ, ਫਿਰ ਉਹ ਤੋਂ ਬਾਅਦ ਪਤਾ ਲੱਗੂ ਵੀ ਕੀ ਚੀਜ਼ ਕੀ ਗੱਲ ਹੋਈ ਆ। ਅਸੀਂ 302 ਦਾ ਮੁਕੱਦਮਾ ਦਰਜ ਕਰ ਲਿਆ ਜੀ ਅਤੇ ਹੁਣ ਆਪਾਂ ਪੋਸਟਮਾਰਟਮ ਕਰਾਤਾ ਵਾ, ਬਾਕੀ ਗ੍ਰਿਫਤਾਰੀ ਕਰਕੇ ਆਪਾਂ ਅਗਲੀ ਜੋ ਵੀ ਪੋਸਟਮਾਰਟਮ ਜਾਊਗਾ ਉਹਦੇ ਹਿਸਾਬ ਨਾਲ ਆਪਣੀ ਇਨਵੈਸਟੀਗੇਸ਼ਨ ਆਪਾਂ ਪੂਰੀ ਕਰਾਂਗੇ।